ਸਰਕਾਰ ਵੱਲੋਂ ਇਨ ਬਿਨ ਲੋਕਾਂ ਦੀ ਹਰ ਕਿਸਮ ਦੀ ਸਹਾਇਤਾ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਕਿ ਸਮੇਂ ਸਮੇਂ ਅਨੁਸਾਰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਗੱਲ ਕੀਤੀ ਸੀਗੀ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਵੇਗੀ, ਜਿਹਦੇ ਵਿੱਚ ਅੱਜ ਤੁਸੀਂ ਵੇਖ ਸਕਦੇ ਹੋ ਕਿ ਗੈਸ ਦੀ ਸਪਲਾਈ ਜਿਹੜੀ ਆ ਅਮਦਾਸ ਦੇ ਵਿੱਚ ਇੰਡੀਅਨ ਸਰਵਿਸ ਵੱਲੋਂ ਕੀਤੀ ਜਾ ਰਹੀ ਆ ਅਤੇ ਕਿਸੇ ਕਿਸਮ ਦਾ ਕੋਈ ਰਸ਼ ਜਿਹੜਾ ਉਹ ਨਹੀਂ ਹੈਗਾ। ਹਾਂਜੀ ਭਾਈ ਸਾਹਿਬ, ਆਪ ਜੀ ਕਿਹੜੇ ਪਿੰਡ ਤੋਂ? ਹਾਂਜੀ ਬਿਹਾਰ ਸੇ। ਤੇ ਯਹਾਂ ਪੇ ਕਹਾਂ ਪੇ ਰਹਤੇ ਹੋ ਆਪ? ਬੰਬੀ ਪੇ ਰਹਤੇ ਹੋ। ਤੋ ਕੋਈ ਗੈਸ ਕਾ ਪ੍ਰੋਬਲਮ ਤੋ ਨਹੀਂ ਆ ਰਹਾ? ਅਭੀ ਅਭੀ ਮਿਲ ਗਿਆ? ਕਿਤਨੇ ਦਿਨ ਕੇ ਬਾਅਦ ਮਿਲਾ? ਪਹਿਲੇ ਥਾ ਘਰ ਮੇ? ਠੀਕ ਹੈ ਠੀਕ ਹੈ। ਤੁਸੀਂ ਜੀ ਤੁਸੀਂ ਇੱਥੇ ਗੈਸ ਲੈਣ ਵਾਸਤੇ ਆਏ ਹੋ? ਹਾਂਜੀ ਜੀ ਸਾਡੇ ਸਿਲੰਡਰ। ਅੱਛਾ ਤੁਹਾਡੇ ਸਿਲੰਡਰ, ਠੀਕ ਹੈ ਜੀ ਠੀਕ ਹੈ। ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ? ਹਾਂਜੀ ਹਾਂਜੀ ਭਾਈ ਸਾਹਿਬ, ਸਵਾਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪ ਜੀ ਕਿਹੜੀ ਗੈਸ ਏਜੰਸੀ ਤੋਂ? ਸ਼੍ਰੀ ਸ਼ਾਮ ਗੈਸ ਏਜੰਸੀ। ਤੇ ਕਿੱਥੋਂ? ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਚੂੜੀਆਂ ਤੋਂ। ਨਿਰਵਿਘਨ ਸਪਲਾਈ ਜਿਹੜੀ ਆ ਲੋਕਾਂ ਨੂੰ ਗੈਸ ਦੀ ਹੋ ਰਹੀ ਆ? ਹਾਂਜੀ। ਕੋਈ ਸਮੱਸਿਆ ਤੇ ਨਹੀਂ ਆ ਰਹੀ? ਪਿੱਛੋਂ ਜਿਹੜੀ ਸਪਲਾਈ ਆ ਉਹ ਵੀ ਆ ਰਹੀ ਆ? ਹਾਂਜੀ। ਜਿਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਵਹਿਮ ਪੈ ਗਿਆ ਸੀਗਾ ਕਿ ਕਿਤੇ ਗੈਸ ਨਾ ਬੰਦ ਹੋ ਜੇ, ਬੜਾ ਲੋਕਾਂ ਰੌਲਾ ਪੈ ਗਿਆ ਸੀਗਾ, ਉਹੋ ਜਿਹੀ ਕੋਈ ਪ੍ਰੋਬਲਮ ਤੇ ਨਹੀਂ ਆ ਰਹੀ? ਘਰ ਘਰ ਡਿਲੀਵਰੀ ਹੋ ਰਹੀ ਆ। ਤੇ ਸੋਸ਼ਲ ਡਿਸਟੈਂਸ ਜਦੋਂ ਆਪਾਂ ਗੈਸ ਦਿੰਦੇ ਹਾਂ ਜਿਸ ਤਰ੍ਹਾਂ ਆਪਾਂ ਇਕੱਠ ਕਰ ਲੈਂਦੇ ਹਾਂ, ਉਸ ਤਰ੍ਹਾਂ ਦਾ ਇਕੱਠ ਤੇ ਨਹੀਂ ਹੁੰਦੀ? ਅਪੀਲ ਕਰੀ ਦੀ ਸਾਰਿਆਂ ਨੂੰ ਜੀ, ਮੀਟਰ ਮੀਟਰ ਦੀ ਦੂਰੀ ਰੱਖੋ। ਬਿਲਕੁਲ 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 ਠੀਕ ਹੈ।